ਕਰੀ ਸ਼ੁਰੂ ਭਾਅ ਜੀ, ਠੀਕ ਲੱਗ ਰਹੀ ਆ ਐਣਕਾਂ? ਉਹ ਤੁਹਾਡੇ ਪਿੱਛੇ ਕੌਣ? ਪਿੱਛੇ ਦੇਖੋ ਪਿੱਛੇ ਭਾਅ ਜੀ, ਦੇਖਦੇ ਕਹਿੰਦੇ ਕੀ ਸ਼ੂਟ ਹੋ ਰਿਹਾ? ਠੀਕ ਹੈ, ਰਿਕਾਰਡਿੰਗ ਹੈ ਭਾਅ ਜੀ? ਓਕੇ। ਅੱਛਾ ਭਈਆ ਕੈਸੇ ਹੋ? ਬੜੀਆ ਜੀ। ਭਈਆ ਮਾਈਕ ਪਕੜ ਦਿਓ ਮੇਰੇ ਲਈ। ਅਬ ਠੀਕ ਹੈ, ਕਰੀਏ ਸ਼ੁਰੂ ਭਾਅ ਜੀ। ਸੋ ਹੈਲੋ ਐਵਰੀਵਨ, ਸੁਪਰ ਬਾਇ ਦਿਸ ਸਾਈਡ ਤੇ ਅੱਜ ਅਸੀਂ ਪਹੁੰਚ ਗਏ ਹਾਂ ਮਾਡਲ ਟਾਊਨ ਮਾਰਕੀਟ। ਇੱਕ ਗੱਲ ਹੈ, ਸਾਰੇ ਇਹ ਬਹੁਤ ਕਹਿੰਦੇ ਯਾਰ ਮੈਂ ਬੜੇ ਖੁਸ਼ ਹਾਂ, ਪਰ ਕਈ ਕਹਿੰਦੇ ਕਿ ਯਾਰ ਛੜਾ ਬੰਦਾ ਜ਼ਿਆਦਾ ਖੁਸ਼ ਹੈ ਤੇ ਕੋਈ ਕਹਿੰਦਾ ਵਿਆਹ ਬੰਦਾ ਜ਼ਿਆਦਾ ਖੁਸ਼ ਹੈ। ਪਰ ਲੋਕਾਂ ਕੋਲ ਜਾ ਕੇ ਪੁੱਛਦੇ ਹਾਂ ਕਿ ਛੜਾ ਬੰਦਾ ਖੁਸ਼ ਹੈ ਕਿ ਵਿਆਹ ਬੰਦਾ ਖੁਸ਼ ਹੈ। ਚਲੇ ਭਈਆ ਕਰੋ ਸਟਾਰਟ, ਕਰੋ ਫਿਰ ਬੈਠੇ ਫਿਰ ਚਲੋ ਆ ਜਿਓ ਨਾਲ ਨਾਲ, ਠੀਕ ਹੈ? ਅੱਗੇ ਨੂੰ ਜਾਵਾਂਗੇ, ਤੁਰੀ ਜਾਵਾਂਗੇ। ਚਲੋ ਭਈਆ ਭਈਆ, ਜਹਾਂ ਪੇ ਕੋਈ ਲੜਕੇ ਲੜਕਾ ਦਿਖੇ ਰੋਕ ਦੇਣਾ ਵਹਾਂ ਪਰ, ਠੀਕ ਹੈ? ਵਿਆਹ ਬੰਦਾ ਖੁਸ਼ ਆ ਕਿ ਛੜਾ? ਛੜਾ ਖੁਸ਼ ਹੈ ਜ਼ਿਆਦਾ ਮੇਰੇ ਹਿਸਾਬ ਸੇ। ਕੁਆਰਾ ਕੁਆਰਾ ਖੁਸ਼ ਹੈ, ਮੈਰਿਜ ਤਾਂ ਕਰਾਨੀ ਹੈ। ਆਹੋ ਕਿ ਜਿੱਦਾਂ ਅਗਰ ਤੁਹਾਡਾ ਸੋਰਸ ਆਫ ਇਨਕਮ ਅੱਛਾ ਹੈ ਤਾਂ ਵਿਆਹ ਵੀ ਖੁਸ਼ ਹੈ, ਅਗਰ ਸੋਰਸ ਆਫ ਇਨਕਮ ਨੋਰਮਲ ਹੈ ਫਿਰ ਤਾਂ ਛੜਾ ਹੀ ਠੀਕ ਹੈ। ਨਹੀਂ ਕੁਆਰਾ ਜ਼ਿਆਦਾ ਵਧੀਆ, ਜ਼ਿਆਦਾ ਫੜੇ ਗਏ। ਦੇਖਿਓ ਹੁਣੇ ਘਰ ਜਾ ਕੇ ਦੇਖਿਓ ਜਰਾ, ਕੁਆਰਾ ਬੰਦਾ ਬਹੁਤ ਖੁਸ਼ ਹੈ। ਅਸੀਂ ਖੁਸ਼ ਹੈ ਇਸ ਕਰਕੇ, ਸਾਨੂੰ ਤਾਂ ਇੱਦਾਂ ਲੱਗਦਾ ਵਿਆਹ ਤੋਂ ਬਾਅਦ ਵੀ ਖੁਸ਼ੀ ਹੁੰਦੀ ਹੈ। ਨਹੀਂ ਠੀਕ ਹੈ, ਸਾਡੀ ਤਾਂ ਮੈਰਿਜ ਲਾਈਫ ਵਧੀਆ ਹੈ। ਆਈ ਥਿੰਕ ਪਹਿਲੇ ਵਾਲਾ ਬੈਟਰ ਸੀ। ਵਿਆਹ ਵਿਆਹ ਤੁਹਾਡਾ ਵਿਆਹ ਹੋ ਗਿਆ? ਨਹੀਂ ਹੋਣਾ ਆ, ਮੈਂ ਤਾਂ ਕਰਨੀ ਨਹੀਂ। ਆਪਨੇ ਕਿਉਂ ਨਹੀਂ ਕਰਨੀ? ਕਿਉਂਕਿ ਮੇਰਾ ਮਨ ਨਹੀਂ। ਛੜਾ ਬੰਦਾ ਵਧੀਆ ਹੈ, ਟੌਰ ਨਾਲ ਛੜਾ ਮੁੰਡਾ, ਟੌਰ ਨਾਲ ਛੜਾ, ਟੌਰ ਨਾਲ ਛੜਾ। ਫਿਲਹਾਲ ਤੇ ਆਪਾਂ ਕੁਆਰੇ ਚ ਬਹੁਤ ਵਧੀਆ ਟਾਈਮ ਦਿੱਤੀ। ਕੁਆਰੇ ਬਰੀ ਬਹੁਤ ਵਧੀਆ ਆ। ਕੁਆਰਾ ਕੁਆਰਾ ਤੇ ਕੁਆਰਾ ਬੰਦਾ ਹੀ ਖੁਸ਼ ਹੁੰਦਾ ਜੀ। ਮੈਂ ਵੀ ਵਿਆਹ ਹੋਇਆ, ਮੇਰਾ ਇੱਕ ਬੱਚਾ ਵੀ ਹੈ ਜੀ, ਪਰ ਕੁਆਰਾ ਬੰਦਾ ਜ਼ਿਆਦਾ ਬੈਸਟ ਹੈ ਜੀ। ਇਹ ਕੁਆਰਾ ਬੰਦਾ ਹੀ ਬੈਸਟ ਆ, ਔਰ ਮੈਰਿਜ ਤੋਂ ਬਾਅਦ ਤਾਂ ਬੰਦਾ ਬਹੁਤ ਹੀ ਪਰੇਸ਼ਾਨ ਹੋ ਜਾਂਦਾ। ਕੁਆਰਾ ਜੀ ਕੁਆਰਾ ਕੁਆਰਾ ਬੰਦਾ ਜ਼ਿਆਦਾ ਵਧੀਆ ਜੀ। ਛੜਾ ਹੀ ਸਹੀ ਹੈ ਜੀ, ਛੜਾ ਸਹੀ ਹੈ ਬੰਦਾ। ਤੁਸੀਂ ਖੁਸ਼ ਹੁੰਦਾ ਹੈ? ਕੁਆਰਾ ਖੁਸ਼। ਅੱਛਾ ਵਿਆਹ ਕਰਾਉਣ ਦੇ ਤਿੰਨ ਨੁਕਸਾਨ ਦੱਸੋ। ਹੋਰ ਨੁਕਸਾਨ ਆ ਜੀ ਬਾਕੀ। ਪਹਿਲਾਂ ਇਹ ਸੀਗਾ ਕਿ ਪੂਰਾ ਫਰੀਡਮ ਸੀਗਾ, ਫੁੱਲੀ ਫਰੀਡਮ, ਜੋ ਮਰਜ਼ੀ ਕਰੋ, ਜਿੰਨੇ ਮਰਜ਼ੀ ਵਜੇ ਘਰ ਆਓ, ਆਰਾਮ ਨਾਲ ਜਾਓ, ਕੋਈ ਤਸੱਲੀ ਨਹੀਂ ਹੈ। ਹੁਣ ਇਹ ਹੁੰਦਾ ਵਾ ਕਿ ਯਾਰ ਘਰੇ ਕੋਈ ਵੇਟ ਕਰਦਾ ਪਿਆ, ਕੰਮ ਕਰਨਾ ਪਏਗਾ ਪਹਿਲਾਂ ਤਾਂ। ਬਿਲਕੁਲ ਕਰਨਾ ਪਏਗਾ, ਐਸੇ ਕੈਸੇ ਨਹੀਂ ਕਰਨਾ ਪੜੇਗਾ। ਹਾਂ, ਔਰ ਆਪਣੇ ਇਨ-ਲਾਜ਼ ਕੀ ਮਰਜ਼ੀ ਸੇ ਕਰਨਾ ਪੜੇਗਾ ਸਭ ਕੁਛ। ਨੁਕਸਾਨ ਪਹਿਲੇ ਹੀ ਗੱਲ ਤਾਂ ਇਹੀ ਇੱਕ ਰੋਟ ਟੁਕ ਵੱਧ ਜਾਂਦੀ ਹੈ। ਸਭ ਤੋਂ ਵੱਡਾ ਸਵੇਰੇ ਜਲਦੀ ਉੱਠੋ, ਇਹ ਸਭ ਤੋਂ ਔਖਾ ਕੰਮ ਹੈ। ਹੁਣ ਜੇਬ ਖਰਚਾ ਦੇਖਣਾ ਪੈਂਦਾ, ਪਹਿਲੇ ਦੇਖਣਾ ਨਹੀਂ, ਜਿੰਨਾ ਮਰਜ਼ੀ ਖਰਚਾ ਕਰੋ, ਖੁੱਲਾ ਖਰਚਾ ਕਰੋ। ਹੁਣ ਜੋ ਆਪਣੇ ਤੇ ਸਪੈਂਡ ਕਰਦਾ ਸੀ ਬੰਦਾ ਪਹਿਲਾਂ, ਹੁਣ ਇਹਨਾਂ ਤੇ ਸਪੈਂਡ ਕਰਨਾ ਪੈਂਦਾ। ਇਹੀ ਆ, ਬਾਹਰ ਨਹੀਂ ਆਪਾਂ ਦੇਖ ਸਕਦੇ ਜ਼ਿਆਦਾ ਕੁੜੀਆਂ ਨੂੰ। ਇਹ ਲੜਕਾ ਬਹੁਤ ਚਲਾਕ ਹੈ, ਇਸ ਕੀ ਸ਼ਾਦੀ ਬਣਤੀ ਸੀ ਕਰਨੀ। ਨੁਕਸਾਨ ਤਾਂ ਕੁਛ ਵੀ ਨਹੀਂ ਹੈ ਕੁਆਰੇ ਹੋਣ ਤੇ ਵੀ, ਨੁਕਸਾਨ ਵਿਆਹ ਤੋਂ ਬਾਅਦ ਵੀ ਨਹੀਂ ਹੈ। ਦੋਨੋਂ ਪਾਸੇ ਖੁਸ਼ ਹੋ? ਯੈਸ। ਤੁਹਾਡੇ ਟੋਇਆ ਇੱਕ ਪਾਸੇ ਕਿਉਂ ਪੈਂਦਾ? ਪਤਾ ਨਹੀਂ, ਇਹ ਤਾਂ ਹੁਣ ਉੱਪਰ ਜਾ ਕੇ ਪਤਾ ਕਰਨਾ ਪਊ। ਅੱਛਾ, ਇੱਕ ਵਾਰਾ ਬੰਦਾ ਕਿੱਦਾਂ ਨਾਰੀਅਲ ਕੱਟਦਾ? ਹਾਂ ਐਸੇ ਐਸੇ। ਤੇ ਵਿਆਹ ਬੰਦਾ ਕਿੱਦਾਂ ਕੱਟੂਗਾ? ਵਿਆਹ ਬੰਦਾ ਇੱਦਾਂ ਕੱਟਦਾ, ਠੀਕ ਹੈ, ਖੁਸ਼ ਹੋ ਕੇ, ਠੀਕ ਹੈ। ਲੜ ਥੋੜੀ ਦੇਰ ਲਈ ਲੜ ਲਿਆ, ਪਰ ਥੋੜਾ ਬਹੁਤਾ ਸਮਝਾਉਂਦੇ ਹੁਣੇ, ਕੀ ਸਮਝਾਓਗੇ ਤੁਸੀਂ ਉਹਨਾਂ ਨੂੰ? ਸਮਝਾਈਦਾ ਤਾਂ ਭਾਜੀ ਬਥੇਰਾ ਕੁਛ ਆ, ਪਰ ਜਦੋਂ ਜ਼ਿਆਦਾ ਹੀ ਹੱਦੋਂ ਪਾਰ ਹੋ ਜਾਂਦੀ ਫਿਰ ਉਹਨੂੰ ਮਾਪਿਆਂ ਦੇ ਭੇਜ ਦੀਦਾ 10 ਕੁ ਦਿਨ ਲਈ ਵੀ ਤੂੰ ਜਾ ਛੁੱਟੀਆਂ, ਠੀਕ ਹੈ ਜੀ। ਜਦੋਂ 10 ਦਿਨ ਬਾਅਦ ਆਉਂਦੀ ਆ ਫਿਰ ਕਾਫੀ 2 ਕੁ ਮਹੀਨੇ ਸਮੂਥ ਚੱਲਦੇ ਆ, ਫਿਰ ਉਹੀ ਕਲਾ ਉਹੀ ਵਾਰ ਵਾਰ ਰਹਿੰਦੀ ਆ, ਤੇ ਬੰਦਾ ਨਾ ਤਾਂ ਡਿਵੋਰਸ ਦੇਣ ਜੋਗਾ ਆ। ਜਦੋਂ ਬੱਚੇ ਹੋਏ ਨੇ ਮੇਰੇ, ਇੱਕ ਲੜਕੀ ਆ, ਇੱਕ ਬੇਟਾ ਆ ਮੇਰਾ, ਤੇ ਕੀ ਬੰਦਾ ਕਰੇ, ਨਾ ਤਾਂ ਵਾਈਫ ਨੂੰ ਛੱਡਣ ਜੋਗਾ, ਨਾ ਮਾਪੇ ਛੱਡਣ ਜੋਗੇ, ਠੀਕ ਹੈ। ਜੇ ਘਰ 'ਚ ਵੱਡੇ ਆ, ਚਲੋ ਇਹ ਸੋਚ ਸਕਦਾ ਕਿ ਥੋੜ੍ਹਾ ਫਾਈਨੈਂਸ਼ਲੀ ਸਟਰੋਂਗ ਹੋ ਕੇ ਬੰਦਾ ਆਪਣਾ ਸੈਪਰੇਟ ਬਣਾ ਲੈਂਦਾ, ਬਟ ਅਗਰ ਵਾਈਫ ਹੈ ਹੀ ਵਧੀਆ ਆ ਤਾਂ ਫਿਰ ਆਹ ਪ੍ਰੋਬਲਮ ਆਉਣੀ ਨਹੀਂ ਚਾਹੀਦੀ, ਠੀਕ ਹੈ ਜੀ। ਤਾਂ ਫਿਰ ਬੰਦਾ ਇਹ ਵੀ ਸੋਚਦਾ ਯਾਰ ਜੇ ਕੱਲ੍ਹ ਨੂੰ ਮੇਰੇ ਨਾਲ ਅਲੱਗ ਰਹਿ ਗਈ, ਉੱਥੇ ਜਾ ਕੇ ਵੀ ਨਾ ਮੈਨੂੰ ਆਪਣੇ ਥੱਲੇ ਲਾ ਕੇ ਰੱਖੇ ਨਾ, ਤਾਂ ਉੱਥੇ ਵੀ ਘਰ ਬਰਬਾਦ ਹੋਣ ਦੇ ਚਾਂਸ ਆ। ਫਿਰ ਵੀ ਬੰਦਾ ਇਹੀ ਸੋਚਦਾ ਯਾਰ ਵਿਆਹ ਕਰਾ ਕੇ ਫਸ ਗਏ। ਨੁਕਸਾਨ ਇਹ ਹੈ ਜੀ, ਜਦੋਂ ਘਰ ਦੇ ਵਿੱਚ ਮਾੜਾ ਮੋਟਾ ਚੱਲਦਾ ਰਹੇ, ਭਾਂਡੇ ਖੜਕਦੇ ਰਹਿਣ, ਠੀਕ ਹੈ ਉਦੋਂ। ਅਤੇ ਦੂਜਾ ਜੀ ਨੁਕਸਾਨ ਇਹ ਆ, ਜਦੋਂ ਜ਼ਿਆਦਾ ਹੀ ਭਾਂਡੇ ਖੜਕ ਜਾਣ, ਜਮਾਂ ਹੀ ਫਿਰ ਬੰਦਾ ਦੁਖੀ ਹੋ ਜਾਂਦਾ, ਐਸੇ ਕਰਕੇ ਕਹਿੰਦੇ ਛੜਾ ਸੁਖੀ ਰਹਿੰਦਾ। ਨੁਕਸਾਨ ਇਹੋ ਹੀ ਹੈ, ਰਿਸਪੋਂਸਿਬਿਲਿਟੀਜ਼ ਵੱਧ ਜਾਂਦੀਆਂ। ਪਹਿਲਾਂ ਬੰਦਾ ਇਕੱਲਾ ਹੀ ਜਿੱਥੇ ਮਰਜ਼ੀ ਤੁਰਿਆ ਫਿਰਿਆ ਰਹੇ, ਬਾਅਦ 'ਚੋਂ ਫਿਰ ਦੇਖਣਾ ਪੈਂਦਾ, ਸੋਚਣਾ ਪੈਂਦਾ, ਫਰੈਂਡਸ ਨਾਲ ਜਾਣ ਲੱਗਿਆ ਵੀ ਪਹਿਲਾਂ ਸੋਚਣਾ ਪੈਂਦਾ ਨਾਲ ਲੈ ਕੇ ਜਾਈਏ। ਹੁਣ ਕਈ ਵਾਰ ਫਰੈਂਡਸ ਨੇ ਇਕੱਲਿਆਂ ਨੇ ਜਾਣਾ ਹੁੰਦਾ, ਹੁਣ ਨਾਲ ਲਿਜਾਣਾ ਔਖਾ ਹੋ ਜਾਂਦਾ। ਇਕੱਲੇ ਕੀ ਕਰਦੇ ਆ ਜਾ ਕੇ ਬਈ? ਨਹੀਂ ਨਾ ਕਦੀ ਬੰਦਾ ਲੈ ਕੇ ਨਹੀਂ ਜਾਂਦੇ,
ਨਹੀਂ ਨਹੀਂ ਲੈ ਕੇ ਜਾਂਦੇ ਆ ਸਮ ਟਾਈਮਸ ਮਤਲਬ ਟੂਰਸ ਹੁੰਦੇ ਆ ਫਰੈਂਡਸ ਨਾਲ ਅਲੱਗ ਤੇ ਫੈਮਿਲੀ ਨਾਲ ਅਲੱਗ ਉਹ ਫ੍ਰੀਡਮ ਨਹੀਂ ਰਹਿੰਦੀ ਕਿ ਯਾਰ ਕਿੱਦਾਂ ਰਹਿੰਦੇ ਹਾਂ ਬਿਲਕੁਲ ਭਾਜੀ ਸਭ ਤੋਂ ਵੱਡੀ ਗੱਲ ਤਾਂ ਤੁਹਾਡੀ ਫ੍ਰੀਡਮ ਚੱਲ ਜਾਂਦੀ ਹੈ ਦੂਜੀ ਗੱਲ ਤੁਹਾਡੇ ਤੇ ਜਿਹੜੀ ਰਿਸਪੋਨਸਿਬਿਲਟੀਜ਼ ਨਹੀਂ ਵੀ ਆਣੀ ਚਾਹੀਦੀਆਂ ਉਹ ਵੀ ਆ ਜਾਂਦੀਆਂ ਨੇ ਬੰਦਾ ਆਪਣਾ ਪਰਿਵਾਰ ਤਾਂ ਦੇਖਦਾ ਹੀ ਦੇਖਦਾ ਨਾਲ ਇੱਕ ਪਰਿਵਾਰ ਹੋਰ ਵੀ ਜੁੜ ਜਾਂਦਾ ਜੋ ਕਿ ਗਲਤ ਨਹੀਂ ਹੈ ਬਟ ਐਸ ਬੀਂਗ ਅ ਰਿਸਪੋਨਸਿਬਿਲਟੀ ਤੁਹਾਡੇ ਦੂਜੀਆਂ ਰਿਸਪੋਨਸਿਬਿਲਟੀਜ਼ ਵੀ ਆ ਜਾਂਦੀਆਂ ਜੋ ਕਿ ਤੁਹਾਨੂੰ ਮੈਨੇਜ ਕਰਨੀ ਪੈਂਦੀ ਹੈ ਕੁਆਰਾ ਬੰਦਾ ਖੁਸ਼ ਕਿਉਂ ਹੈ ਇਸਕੇ ਤਿੰਨ ਫਾਇਦੇ ਬਤਾਓ ਫਾਇਦਾ ਹਮਕੋ ਪਤਾ ਨਹੀਂ ਹੈ ਵਿਆਹ ਕਰਨ ਦਾ ਪਹਿਲਾ ਫਾਇਦਾ ਜੀ ਘਰ ਲਕਸ਼ਮੀ ਲੈ ਕੇ ਆਉਣੀ ਠੀਕ ਹੈ ਜੀ ਦੂਸਰਾ ਫਾਇਦਾ ਇਹ ਘਰ ਗ੍ਰਿਸਤੀ ਚਲਾਉਣੀ ਠੀਕ ਹੈ ਜੀ ਤੀਸਰਾ ਘਰ ਪੱਕੀ ਪਕਾਈ ਰੋਟੀ ਮਿਲਣੀ ਦੇਖੋ ਹਰ ਜਦੋਂ ਜਵਾਨੀ ਚ ਹੁੰਦਾ ਬੰਦਾ ਸੌ ਤਰ੍ਹਾਂ ਦੇ ਪੁੱਠੇ ਕੰਮ ਸੱਚ ਸੱਚ ਬਤਾਓ ਸੱਚ ਸੱਚ ਅਬ ਇਹ ਨਾ ਜਬਰਦਸਤੀ ਨਹੀਂ ਲੱਗਦੀ ਮੈਂ ਪੁੱਠਾ ਰੱਖ ਲੈਂਦਾ ਤਿੰਨ ਫਾਇਦੇ ਇੱਕ ਤੋਂ ਘਰ ਕਾ ਸਾਰਾ ਖਰਚਾ ਲੇਡੀਜ਼ ਉਠਾਤੀ ਹੈ ਮਤਲਬ ਉਹ ਕੁਆਰੇ ਹੋਣ ਦੇ ਕੋਈ ਰਿਸਪੋਨਸਿਬਿਲਟੀ ਨਹੀਂ ਕੋਈ ਕਿਚਨ ਦਾ ਕੰਮ ਨਹੀਂ ਕੋਈ ਸਵੇਰੇ ਜਲਦੀ ਨਹੀਂ ਉੱਠਣਾ ਮੇਨ ਇਹੀ ਦਿਲ ਇੰਡੀਪੈਂਡੈਂਸ ਹੀ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਜਾ ਸਕਦੇ ਹੋ ਫਰੀਡਮ ਹੈ ਘਰ ਦੇ ਵਿੱਚ ਫਰੀਡਮ ਹੈ ਕੰਮ ਨਹੀਂ ਕਰਨਾ ਪੈਂਦਾ ਮੰਮੀ ਕਰ ਲੈਂਦੀ ਸਭ ਕੁਛ ਕੰਮ ਨਹੀਂ ਕਰਨਾ ਪੈਂਦਾ ਤਾਂ ਕਰਕੇ ਖੁਸ਼ ਰਹਿੰਦੀ ਜ਼ਿਆਦਾ ਹੈ ਨਾ ਤੁਹਾਨੂੰ ਕਦੀ ਫੋਨ ਨਹੀਂ ਆਉਂਦਾ ਕਿੱਥੇ ਹੋ ਕਿੱਥੇ ਨਹੀਂ ਵਿਆਹ ਕਰਾਉਣ ਦੇ ਮੈਨੂੰ ਦੋ ਤਿੰਨ ਫਾਇਦੇ ਦੱਸ ਦੋ ਅਲੱਗ ਲਾਈਫ ਹੁੰਦੀ ਹੈ ਉੱਥੇ ਅਲੱਗ ਪੇਰੈਂਟਸ ਹੁੰਦੇ ਆ ਉਹ ਵੀ ਬਹੁਤ ਪਿਆਰ ਕਰਦੇ ਆ ਯੂ ਹੈਵ ਟੂ ਪੇਰੈਂਟਸ ਤੁਹਾਨੂੰ ਪਿਆਰ ਮਿਲਦਾ ਬਹੁਤ ਮਤਲਬ ਪਿਆਰ ਉਹ ਜ਼ਿਆਦਾ ਮਿਲ ਜਾਂਦਾ ਪਹਿਲੇ ਨਹੀਂ ਮਿਲਦਾ ਹੁੰਦਾ ਨਹੀਂ ਪਹਿਲੇ ਵੀ ਮਿਲਦਾ ਫਿਰ ਤੁਹਾਡੀ ਅਲੱਗ ਫੈਮਿਲੀ ਬਣ ਜਾਂਦੀ ਹੈ ਤੁਸੀਂ ਅਲੱਗ ਫਰੈਂਡ ਸਰਕਲ 'ਚ ਜਾਂਦੇ ਹੋ ਅਲੱਗ ਫੈਮਿਲੀਜ਼ ਨਾਲ ਮਿਲਦੇ ਹੋ ਬਹੁਤ ਇੱਦਾਂ ਮਤਲਬ ਕਾਫੀ ਕੁਛ ਦੇਖ ਲਓ ਸਾਰੇ ਇਹ ਚਲਾਕ ਔਰਤ ਕਹਿੰਦੇ ਆ ਕਿ ਮੈਨੂੰ ਕੋਈ ਕੰਮ ਕੋਈ ਨਾ ਕਰਨਾ ਪਵੇ ਮੈਂ ਫ੍ਰੀ ਰਵਾਂ ਕੁਆਰੀ ਰਵਾਂ ਮੈਨੂੰ ਕੋਈ ਕੰਮ ਨਾ ਕਰਨਾ ਮੈਨੂੰ ਉੱਠਣਾ ਨਾ ਪਵੇ ਸਵੇਰੇ ਮੈਂ ਸੁੱਤੀ ਰਵਾਂ ਸਾਰਾ ਦਿਨ ਇਹ ਦੇਖ ਲਓ ਜੀ ਹਾਲ ਦੇਖੋ ਰਿਸਪੋਨਸੀਬਿਲਟੀ ਪੈ ਗਈ ਥੋੜ੍ਹੀ ਜਿਹੀਆਂ ਕਹਿੰਦੇ ਔਖਾ ਹੈ ਜੀ ਬੜਾ ਔਖਾ ਦੱਸੋ ਹੁਣ ਤੁਸੀਂ ਕਿੰਨੇ ਵਜੇ ਤੱਕ ਘਰੋਂ ਬਾਹਰ ਰਹਿ ਲੈਂਦੇ ਹੋ ਕਿਉਂਕਿ ਤੁਸੀਂ ਅਨਮੈਰਿਡ ਹੋ ਜਾ ਕਿੰਨੇ ਵਜੇ ਤੱਕ ਦੇਖੋ ਜੀ ਰਾਤ ਨੂੰ ਜਿੱਦਾਂ ਕੱਲ੍ਹ ਰਾਤੀ ਵੀ 11:30 ਤੱਕ ਬਾਹਰ ਸੀਗੇ ਇੱਕ ਵਾਰੀ ਪਤਾ ਕੀ ਹੋਇਆ ਕਿ ਇੱਕ ਵਾਰੀ ਕੁੜੀ ਕਹਿੰਦੀ ਗੱਡੀ 'ਚ ਬੈਠੀ ਸੀ ਜਿੱਦਾਂ ਗੱਡੀ 'ਚ ਬੈਠੇ ਨਾ ਗੱਲ ਯਾਦ ਆ ਗਈ ਮੈਨੂੰ ਕੁੜੀ ਕਹਿੰਦੀ ਕਿ ਕੋਈ ਇੱਦਾਂ ਦੀ ਮੂਵਮੈਂਟ ਬਣਾਓ ਮੈਨੂੰ ਸਾਰੀ ਜ਼ਿੰਦਗੀ ਯਾਦ ਰਹੇ ਗਰਲਫ੍ਰੈਂਡ ਮੁੰਡੇ ਦੀ ਉਹ ਮੁੰਡਾ ਗਾਣਾ ਸੁਣਾਉਣ ਲੱਗ ਪੈਂਦਾ ਮਤਲਬ ਵਿਆਹ ਜਿਹੜਾ ਕੁਆਰਾ ਬੰਦਾ ਹੁੰਦਾ ਇੰਨਾ ਖੁਸ਼ ਹੈ ਵਿਆਹ ਤੋਂ ਬਾਅਦ ਉਹੀ ਕੁੜੀ ਕਹਿੰਦੀ ਕਿ ਤੁਸੀਂ ਕੋਈ ਮੂਵਮੈਂਟ ਬਣਾਓ ਮੈਨੂੰ ਸਾਰੀ ਜ਼ਿੰਦਗੀ ਯਾਦ ਰਹੇ ਉਹ ਗੱਡੀ ਖੰਭੇ 'ਚ ਮਾਰ ਦਿੰਦਾ ਇਹ ਫਰਸਟ੍ਰੇਸ਼ਨ ਹੈ ਵਿਆਹੇ ਬੰਦੇ ਦੀ ਤਾਂ ਕੁਆਰੇ ਬੰਦੇ ਦੀ ਡਿਫਰੈਂਸ ਬਹੁਤ ਹੈਗਾ ਪਰ ਤੁਸੀਂ ਕੁਆਰੇ ਰਹੋ ਤਾਂ ਵੀ ਖੁਸ਼ ਰਹੋ ਲਾਈਕ ਮੈਰਿਡ ਹੈ ਤਾਂ ਵੀ ਖੁਸ਼ ਰਹੋ ਜਿੱਥੇ ਮਰਜ਼ੀ ਜਾਓ ਜਿੱਥੇ ਮਰਜ਼ੀ ਆਓ ਕੋਈ ਪੁੱਛ ਗਿੱਛ ਨਹੀਂ ਜਿਹਨੂੰ ਪੁੱਛਦਾ ਮੈਂ ਮੁੰਡਿਆਂ ਨੂੰ ਉਹੀ ਸਾਰੇ ਕਹਿੰਦੇ ਭਰਾ ਆਓ ਜਦੋਂ ਮਰਜ਼ੀ ਆਓ ਕੋਈ ਟੈਨਸ਼ਨ ਨਹੀਂ ਇਹਨਾਂ 'ਚੋਂ ਕੁਆਰਾ ਕਿਹੜਾ ਨਾਰੀਅਲ 'ਤੇ ਵਿਆਹ ਕਿਹੜਾ ਹੈਗਾ ਪਤਾ ਕੁਛ ਇਹ ਕੁਆਰਾ ਨਾਰੀਅਲ ਆ ਇਹ ਕੁਆਰਾ ਹੈ ਇਹ ਕੁਆਰਾ ਹੈ ਔਰ ਇਹ ਸ਼ਾਦੀਸ਼ੁਦਾ ਜੋ ਸ਼ਾਦੀਸ਼ੁਦਾ ਹੈ ਇਹ ਵਿਆਹ ਅੱਛਾ ਅੱਛਾ ਜਿਹੜਾ ਮਲਾਈ ਵਾਲਾ ਉਹ ਸ਼ਾਦੀਸ਼ੁਦਾ ਜਿਹੜਾ ਬਿਨਾਂ ਮਲਾਈ ਤੋਂ ਆ ਪਾਣੀ ਵਾਲਾ ਜੋ ਹੈ ਕੁਆਰਾ ਹੈ ਅੱਛਾ ਨਾਰੀਅਲ 'ਚ ਵੀ ਭਾਅ ਜੀ ਇੱਦਾਂ ਹੁੰਦਾ ਜੇ ਮਲਾਈ ਵਾਲਾ ਨਾਰੀਅਲ ਆ ਉਹ ਵਿਆਹਿਆ ਬੰਦਾ ਅਤੇ ਜਿਹੜਾ ਪਾਣੀ ਵਾਲਾ ਉਹ ਕੁਆਰਾ ਹੈਗਾ ਇਹ ਨੋਟ ਕਰ ਲਓ ਇਹ ਇਨਫੋਰਮੇਸ਼ਨ ਇਹਨਾਂ ਨੇ ਦੇਣੀ ਸੀ ਹੋਰ ਕੋਈ ਦੇ ਹੀ ਨਹੀਂ ਸਕਦਾ ਵਾਈਫ ਖਾਸ ਕਰਕੇ ਕਹਿੰਦੀ ਜੀ ਹੈਜ਼ਮੈਂਟ ਮੇਨਾ ਪੂਰਾ ਅਡਜਸਟ ਕਰੇ ਕੋਪਰੇਟ ਕਰੇ ਠੀਕ ਹੈ ਜੀ ਔਰ ਬੰਦਾ ਮੈਂ ਨਾ ਕਰਾਂ ਸਾਰਾ ਦਿਨ ਵਿਹਲੇ ਰਹਿਣਾ ਉਹਨਾਂ ਨੇ ਦੋ ਚਾਰ ਰੋਟੀਆਂ ਪੈਕ ਕਰਕੇ ਸਾਨੂੰ ਤੋਰ ਦੇਣਾ ਕੰਮ 'ਤੇ ਠੀਕ ਹੈ ਜੀ ਸਾਰਾ ਦਿਨ ਅਸੀਂ ਜਾਣਾ ਸ਼ਾਮ ਨੂੰ ਫਿਰ ਚਾਰ ਰੋਟੀਆਂ ਖਾ ਲੈਣੀਆਂ ਉਹਨਾਂ ਨੇ ਸਾਰਾ ਦਿਨ ਕੀ ਕਰਨਾ ਸੁੱਤੇ ਰਹਿਣਾ ਜਾਂ ਪੋਚੇ ਲਾ ਅਸੀਂ ਕਿਹੜਾ ਦੇਖਦੇ ਘਰੇ ਕਿੰਨੇ ਕੁ ਪੋਚੇ ਲਾਉਣੀ ਆ ਕਿੰਨੇ ਕੁ ਝਾੜੂ ਲਾਉਣੀ ਆ ਹਨਾ ਅੱਛਾ ਪਹਿਲਾ ਸਵਾਲ ਇਹ ਹੁੰਦਾ ਕਿੱਥੇ ਹੋ ਫਰੈਂਡ ਨਾਲ ਕੀ ਕਿਹਦੇ ਕਿਹੜੇ ਨਾਲ ਹੋ ਇਹ ਅਗਰ ਨਹੀਂ ਪਤਾ ਉਹਨੂੰ ਕੀ ਵੀ ਅਸੀਂ ਇਹ ਫਰੈਂਡ ਕੌਣ ਅਸੀਂ ਕਿਸੇ ਨਾਮ ਵੀ ਲੈ ਦਈਏ ਤਾਂ ਵੀ ਉਹਨੇ ਕਹਿਣਾ ਅੱਛਾ ਮੇਰੀ ਗੱਲ ਮੈਨੂੰ ਹੁਣ ਹੀ ਆਓ ਮੈਨੂੰ ਨਹੀਂ ਪਤਾ ਮਤਲਬ ਇੱਕਦਮ ਸਿਰ 'ਤੇ ਡੰਡਾ ਜਿਹਾ ਪੈ ਹੀ ਜਾਂਦਾ ਕਿ ਹੁਣ ਹੀ ਆਓ ਮੈਨੂੰ ਨਹੀਂ ਪਤਾ ਮੈਂ ਇੱਕੋ ਹੀ ਗੱਲ ਕਹਾਂਗਾ ਜੀ ਰਾਹ ਪਿਆ ਜਾਂਦੇ ਜਾਂ ਵਾਹ ਪਿਆ ਜਾਂਦੇ ਬਿਲਕੁਲ ਬਿਲਕੁਲ ਜੀ ਅਤੇ ਹੁਣ ਭੂਮਿਕਾ ਕੀ ਚਾਹੁੰਦੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੋ ਵੀ ਤੁਹਾਡੀ ਏਜ ਆ ਮੈਂ ਪੁੱਛੂੰਗਾ ਨਹੀਂ ਕਹਿੰਦੇ ਪੁੱਛਦੇ ਨਹੀਂ ਭਰਾਵਾ ਲੜਾਈ ਹੋ ਜਾਂਦੀ ਹੈ ਠੀਕ ਹੈ ਕੀ ਵਿਆਹ ਕਰਾਉਣਾ ਹੈ ਕਿ ਨਹੀਂ ਕਰਾਉਣਾ ਹਾਲੇ ਤਾਂ ਨਹੀਂ ਸੋਚਿਆ ਦੇਖਾਂਗੇ ਘਰ ਦੇ ਕਾਲੇ ਨਹੀਂ ਪਏ ਨਹੀਂ ਨਹੀਂ ਮੇਰੇ ਘਰ ਦੇ ਬਿਲਕੁਲ ਨਹੀਂ ਹੈਗੇ ਇੱਥੇ ਘਰ ਦੇ ਆਏ ਹੁਣੇ ਮੈਂ ਕਰਦਾ ਉਹਨਾਂ ਨੇ ਗੱਲ ਉਹਨਾਂ ਨਾਲ ਅਤੇ ਜਿੱਦਾਂ ਤੁਸੀਂ ਆਊਟ ਆਫ ਕੰਟਰੀ ਵੀ ਜਾ ਸਕਦੇ ਹੋ ਉਹ ਤਾਂ ਵਿਆਹ ਵੀ ਜਾਂਦੇ ਆ ਨਹੀਂ ਇੱਕ ਜਗ੍ਹਾ ਘੱਟ ਜਾਂਦੇ ਆ ਬੰਦੇ ਗਲਤ ਗੱਲਾਂ ਨਹੀਂ ਕਰਨੀਆਂ ਅੱਛਾ ਹੁਣ ਤੁਸੀਂ ਸਾਰੀ ਜ਼ਿੰਦਗੀ ਫਿਰ ਕੁਆਰੇ ਜਾਣਾ ਚਾਹੁੰਦੇ ਤਾਂ ਮਤਲਬ ਨਹੀਂ ਨਹੀਂ ਇੱਦਾਂ ਦੀ ਗੱਲ ਨਹੀਂ ਹੈ ਬੈਚਲਰਸ ਲਾਈਫ ਇਜ਼ ਵੈਰੀ ਗੁੱਡ ਰਾਈਟ ਬਟ ਹੁਣ ਸਾਲ ਤੋਂ ਸਾਲ ਤੱਕ ਵਿਆਹ ਕਰਾ ਲਾਂਗੇ ਟੋਰ ਨਾਲ ਕਹਿੰਦੇ ਰਹਿੰਦੇ ਛੜਾ ਸੋਹਣਿਆ ਟੋਰ ਨਾਲ ਰਹਿੰਦਾ ਛੜਾ
ਵਿਆਹਿਆ ਬੰਦਾ ਅੱਧਾ ਮਰਿਆ ਤੇ ਅੱਧਾ ਜਿਉਂਦਾ, ਵਿਆਹਿਆ ਬੰਦਾ ਅੱਧਾ ਮਰਿਆ ਤੇ ਅੱਧਾ ਜਿਉਂਦਾ, ਫਿਰ ਟੋਰ ਨਾ ਰਹਿੰਦਾ ਛੜਾ ਹੁੰਦੇ ਆ, ਟੋਰ ਨਾ ਰਹਿੰਦਾ ਛੜਾ। ਤਾਂ ਅਗਰ ਤੁਸੀਂ ਕਿੱਥੇ ਵੀ ਟਿਕਟੋਕ ਕੀਤੀ ਮਾੜੀ ਜਿਹੀ, ਲੈਫਟ ਰਾਈਟ ਕੀਤਾ, ਬਹਿਸ ਕੀਤੀ ਤਾਂ ਘਰ ਜਾ ਕੇ ਲੜਾਈ। ਇਸ ਕਰਕੇ ਇਹ ਬਹੁਤ ਜਣੇ ਦੀ ਘਰ ਦੀ ਕਹਾਣੀ ਹੈਗੀ ਜਿਹੜੀ ਭਾਜੀ ਨੇ ਦੱਸਤੀ ਇੱਥੇ ਸਾਨੂੰ। ਮੇਨ ਗੱਲਾਂ ਇਹੀ ਆ ਕਿ ਪ੍ਰੋਬਲਮ ਯਾਰ ਭਾਜੀ ਐਂਡ ਤੋਂ ਵਾਈਫ ਤੋਂ ਹੀ ਆਉਂਦੀ ਹੈ। ਕੁੜੀਆਂ ਕਹਿੰਦੀਆਂ ਕਿ ਤੁਸੀਂ ਮੇਰੇ ਪੇਰੈਂਟਸ ਨੂੰ ਜ਼ਿਆਦਾ ਪੁੱਛੋ, ਹੈ ਨਾ, ਬਟ ਆਪਾਂ ਕਹਿੰਦੇ ਹਾਂ ਕਿ ਜਿਹੜੇ ਪੇਰੈਂਟਸ ਮੈਨੂੰ ਬਚਪਨ ਤੋਂ ਲੈ ਕੇ ਪਾਲਿਆ, ਮੈਂ ਉਹਨਾਂ ਨੂੰ ਵੀ ਪੁੱਛੂੰਗਾ, ਮੈਂ ਤੇਰੇ ਨੂੰ ਵੀ ਪੁੱਛੂੰਗਾ, ਬਟ ਉਹ ਕਹਿੰਦੀ ਆਪਣੇ ਨੂੰ ਕੱਟ ਕੇ ਮੈਨੂੰ ਪੁੱਛ। ਮੈਂ ਪਹਿਲਾਂ ਗੱਲ ਕੀਤੀ ਕੱਟਣ ਵਾਲਾ ਕੰਮ ਖਰਾਬ ਹੈ, ਚਾਹੇ ਫਰੈਂਡ ਸਰਕਲ ਹੈ ਚਾਹੇ ਪੇਰੈਂਟਸ ਹੈ, ਕੱਟਣ ਵਾਲਾ ਕੰਮ ਖਰਾਬ ਹੈ, ਕੱਟ ਕੇ ਨਹੀਂ ਆਪਾਂ ਕਿਸੇ ਨੂੰ ਪੁੱਛਣਾ, ਆਪਾਂ ਪੈਰਲਰ ਲੈ ਕੇ ਚੱਲੀਏ, ਉਹ ਗੱਲ ਠੀਕ ਹੈ। ਕਿ ਜੇ ਬੰਦਾ ਸੋਚ ਲਏ ਕਿ ਮੈਂ ਜਿੱਦਾਂ ਦਾ ਹੈ ਉਹਦੇ ਵਿੱਚ ਹੀ ਪੋਜ਼ਿਟਿਵ ਦੇਖਾਂ, ਉਹਦੇ ਵਿੱਚ ਹੀ ਖੁਸ਼ੀ ਦੇਖਾਂ ਤਾਂ ਸ਼ਾਇਦ ਸਭ ਕੁਝ ਸਹੀ ਹੋ ਜਾਵੇ ਭਾਜੀ। ਇਹ ਤਾਂ ਇਹ ਬਿਲਕੁਲ ਉਹਦੇ ਅਕੋਰਡਿੰਗ ਤਾਂ ਭਾਜੀ ਇਨਸਾਨ ਤਾਂ ਸੋਚਦਾ, ਪਰ ਵਾਈਫ ਨੂੰ ਉੱਦਾਂ ਦਾ ਹੋਣਾ ਚਾਹੀਦਾ ਨਾ। ਜੇ ਦੋਨੋਂ ਮੀਆਂ ਬੀਬੀ ਉਹ ਬੈਲੈਂਸ ਨੂੰ ਬਣਾ ਕੇ ਚੱਲਣ ਤਾਂ ਆਪਾਂ ਘਰ 'ਚ ਖੁਸ਼ ਰਹਿ ਸਕਦੇ ਹਾਂ, ਚਾਹੇ 10,000 ਇਨਕਮ ਹੈ ਚਾਹੇ 50,000 ਇਨਕਮ ਹੈ। ਮੇਨ ਗੱਲ ਤਾਂ ਹੈਗੀ ਵਾਈਫ ਕਿੱਦਾਂ ਦੀ ਆ, ਸਾਡਾ ਲਾਈਫ ਪਾਰਟਨਰ ਕਿੱਦਾਂ, ਸਾਡਾ ਕਿੰਨਾ ਗੜਿਆ ਸਾਡੇ ਨਾਲ ਕਰਦਾ, ਕਿ ਮੇਰਾ ਜੋ ਵੀ ਪਤੀ ਆ ਬਾਹਰ ਗਿਆ ਕੰਮ 'ਤੇ, ਕਿ ਮੈਂ ਘਰ 'ਚ ਖੁਸ਼ੀ ਰਵਾਂ, ਉਹਦੇ ਆਏ ਤੱਕ ਕੁਛ ਵਧੀਆ ਡਿਸ਼ ਬਣਾਵਾਂ, ਜਾਂ ਅੱਜ ਸੋਚਾਂ ਕੀ ਬਣਾਉਣੀ, ਜਾਂ ਸੱਸ ਨੂੰ ਖੁਸ਼ ਰੱਖਾਂ, ਬੱਚਿਆਂ ਨੂੰ ਖੁਸ਼ ਰੱਖਾਂ ਨਾ। ਕੇ ਐਸ ਮੱਖਣ ਦੇ ਬਹਿਰੂਪੀਏ, ਮੈਂ ਕਿਹੜੇ ਵਾਈਫ ਉਹਨਾਂ ਦੇ, ਇੱਧਰ ਕਮ ਯਾਰ ਮੈਮ, ਆ ਜਾਓ, ਠੀਕ ਹੈ। ਇਹ ਕੇ ਐਸ ਮੱਖਣ ਦੇ ਭਾਜੀ, ਠੀਕ ਹੈ, ਇਹ ਐਸ ਕੇ ਮੱਖਣੀ ਜੀ। ਫਰੈਂਡ ਸਰਕਲ ਦੇ ਵਿੱਚੋਂ ਕਿੰਨੇ ਹੈਗੇ ਨੇ ਜਿਹੜੇ ਮੈਰਿਡ ਨੇ ਇਸ ਵੇਲੇ? ਮੇਰੀ ਇੱਕ ਦੋ ਫਰੈਂਡਸ ਹੈ ਜਿਹੜੀ ਮੈਰਿਡ ਹੈ, ਬਾਕੀ ਹਲੇ ਕੋਈ ਨਹੀਂ ਮੈਰਿਡ। ਉਹਨਾਂ ਦਾ ਕੀ ਐਕਸਪੀਰੀਅੰਸ ਹੈ, ਕੀ ਭੂਮਿਕਾ, ਤੂੰ ਕਰਾ ਲਈ ਬਹੁਤ ਵਧੀਆ ਕਿ ਨਾ ਕਰਾਈ ਕੋਈ ਫਾਇਦਾ ਨਹੀਂ? ਨਹੀਂ, ਇੱਦਾਂ ਦਾ ਕੁਛ ਨਹੀਂ, ਜਿਹੜੀਆਂ ਵਿਆਹੀਆਂ ਉਹ ਵੀ ਖੁਸ਼ ਨੇ, ਜਿਹਨੇ ਨਹੀਂ ਕਰਾਇਆ ਉਹ ਵੀ ਖੁਸ਼ ਹੈ। ਅੱਛਾ, ਉਹ ਕੰਮ ਕਰਕੇ ਖੁਸ਼ ਹੈ? ਹਾਂ। ਦੇਖਿਓ ਉਹਦੇ ਦੋਸਤ ਕਿੰਨੇ ਚੰਗੇ ਕੁੜੀ ਦੇ, ਪਰ ਆਪ ਕਿੰਨੀ ਮਾੜੀ ਹੈ ਕਿ ਮੈਨੂੰ ਕੰਮ ਨਾ ਕਰਨਾ ਪਵੇ। ਠੀਕ ਹੈ ਜੀ, ਹੁਣ ਕਿੰਨਾ ਕੁ ਉਹਨਾਂ ਨੂੰ ਸਮਝਾ ਲਈਏ, ਠੀਕ ਹੈ, ਜੇ ਲੜਦੇ ਹਾਂ। ਬੜੀ ਗਲਤ ਗੱਲ ਹੈ, ਇੱਦਾਂ ਕੈਮਰੇ ਤੋਂ ਕਿਉਂ ਨਿਕਲੀ ਦਾ ਹੁੰਦਾ ਜਦੋਂ ਗੱਲ ਕਰਦੇ ਹੋ? ਇੱਦਾਂ ਨਹੀਂ ਨਿਕਲੀ ਦਾ ਹੁੰਦਾ, ਨਹੀਂ ਨਿਕਲੀ ਦਾ ਹੁੰਦਾ, ਉਹ ਬੰਦਾ ਗਲਤ ਹੈਗਾ ਸਾਡਾ, ਉਹ ਵਾਲਾ ਇੱਦਾਂ ਨਹੀਂ ਨਿਕਲੀ ਦਾ ਹੁੰਦਾ। ਮੈਂ ਖੁਦ ਆਪਣੀ ਮੈਰਿਜ ਤੋਂ ਬਾਅਦ ਹੀ ਆਪਣੀ ਇੱਕ ਸਾਲ ਦੀ ਸਟੱਡੀ ਕੀਤੀ। ਹਾਂ, ਜਿਹੜੇ ਲੋਕ ਕਹਿੰਦੇ ਨਾ ਕਿ ਵਿਆਹ ਕਰਾ ਕੇ ਪਤਾ ਨਹੀਂ ਰਿਸਪੋਂਸੀਬਿਲਟੀ, ਕਿਚਨ ਦਾ ਕੰਮ ਕਰਨਾ ਪਊਗਾ, ਛੋਟੀ ਛੋਟੀ ਚੀਜ਼ਾਂ, ਇਹਨਾਂ ਵੱਲ ਤੁਸੀਂ ਦੇਖ ਸਕਦੇ ਹਾਂ ਕਿ ਵਿਆਹ ਤੋਂ ਬਾਅਦ ਇਹਨਾਂ ਨੂੰ ਕਿੰਨੀ ਫਰੀਡਮ ਮਿਲੀ, ਵਿਆਹ ਤੋਂ ਬਾਅਦ ਜਿਹੜੀ ਸਟੱਡੀ ਇਹਨਾਂ ਨੇ ਕੰਟੀਨਿਊ ਨਹੀਂ ਕੀਤੀ ਸੀ ਉਹਨਾਂ ਨੂੰ ਕਰਵਾਈ ਗਈ। ਠੀਕ ਹੈ, ਕਿੰਨੀ ਵਧੀਆ ਚੀਜ਼ ਹੈ ਇੱਕ ਵਿਆਹ ਤੋਂ ਬਾਅਦ ਵੀ, ਜਿਹੜੇ ਲੋਕ ਸੋਚਦੇ ਸ਼ਾਇਦ ਵਿਆਹ ਤੋਂ ਬਾਅਦ ਮਾੜਾ ਹੀ ਹੁੰਦਾ, ਨਹੀਂ ਇੱਦਾਂ ਨਹੀਂ ਹੈ। ਇਹ ਦੋਨਾਂ ਨੇ ਇਸ ਮਿਥ ਨੂੰ ਤੋੜਿਆ ਕਿ ਵਿਆਹ ਤੋਂ ਬਾਅਦ ਵੀ ਬਹੁਤ ਸਾਰੀਆਂ ਓਪਰਚੁਨਿਟੀਜ਼ ਆ ਜੇ ਲਾਈਫ ਪਾਰਟਨਰ ਸਾਨੂੰ ਵਧੀਆ ਮਿਲ ਜਾਂਦਾ। ਸੋ ਹਾਂਜੀ, ਚਲੋ, ਮਤਲਬ ਕਿ ਕੁਆਰਾ ਜ਼ਿਆਦਾ ਵਧੀਆ, ਵਿਆਹ ਔਖਾ? ਕੁਆਰਾ ਬਹੁਤ ਬੈਸਟ ਐਂਡ ਬੈਸਟ ਲਾਈਫ ਹੈ। ਮੈਰਿਜ ਤੋਂ ਬਾਅਦ ਵੀ ਜ਼ਿੰਦਗੀ ਅੱਛੀ ਹੁੰਦੀ ਹੈ ਅਤੇ ਮੈਰਿਜ ਤੋਂ ਪਹਿਲਾਂ ਵੀ ਅੱਛੀ ਹੁੰਦੀ ਹੈ। ਅੱਛਾ, ਇੱਕ ਵਾਰਾ ਬੰਦਾ ਕਿੱਦਾਂ ਨਾਰੀਅਲ ਕੱਟਦਾ? ਹਾਂ, ਐਸੇ ਅਤੇ ਵਿਆਹ ਬੰਦਾ ਕਿੱਦਾਂ ਕੱਟੂਗਾ? ਵਿਆਹ ਬੰਦਾ ਇੱਦਾਂ ਕੱਟਦਾ, ਠੀਕ ਹੈ, ਖੁਸ਼ ਹੋ ਕੇ, ਠੀਕ ਹੈ, ਮੇਰਾ ਮੈਸੇਜ ਇਹੀ, ਆਪਾਂ ਨੂੰ ਥੋੜਾ ਜਿਹਾ ਚੁੱਪ ਰਹਿ ਕੇ ਦੇਖਣਾ ਚਾਹੀਦਾ ਹੈ। ਅਗਰ ਆਪਾਂ ਇੱਕ ਦਿਨ ਚੁੱਪ ਰਵਾਂਗੇ, ਦੋ ਦਿਨ ਸ਼ਾਇਦ ਉਹ ਢਲ ਜਾਣ, ਇਸ ਕਰਕੇ ਸਾਨੂੰ ਨਾ ਥੋੜਾ ਜਿਹਾ ਚੁੱਪ ਰਹਿਣਾ ਚਾਹੀਦਾ। ਅਗਰ ਆਪਾਂ ਨੂੰ ਉਹ ਕੋਈ ਗੱਲ ਸਮਝਾਉਂਦੇ ਸਮਝ ਨਹੀਂ ਚਾਹੀਦੀ, ਅੱਗੇ ਉਹ ਜਵਾਬ ਨਹੀਂ ਦੇਣਾ ਚਾਹੀਦਾ, ਇੱਥੋਂ ਹੀ ਲੜਾਈਆਂ ਸ਼ੁਰੂ ਹੁੰਦੀਆਂ ਆ ਦੋਨਾਂ 'ਚ। ਜੇ ਅਸੀਂ ਚੁੱਪ ਕਰਕੇ ਉਹਨਾਂ ਦੀ ਗੱਲ ਸੁਣਾਂਗੇ, ਅਮਲ ਕਰਾਂਗੇ ਉਹਨਾਂ ਦੀਆਂ ਗੱਲਾਂ 'ਤੇ, ਅਤੇ ਆਪਾਂ ਐਨ ਸਹੀ ਰਵਾਂਗੇ ਤਾਂ ਉਹ ਵੀ ਫਿਰ ਸਹੀ ਹੋ ਜੂਗੇ। ਕਿਆ ਬਾਤ ਹੈ, ਮੈਡਮ ਨੇ ਤਾਂ ਸਿਰੇ ਲਾਤਾ ਗੱਲਾਂ ਦਾ ਅੱਜ, ਤਾਂ ਇਹਨਾਂ ਦੋਨਾਂ ਨਾਲ ਗੱਲ ਕਰਕੇ ਸਾਨੂੰ ਬਹੁਤ ਵਧੀਆ ਲੱਗਾ, ਮਜ਼ਾ ਆ ਗਿਆ, ਅਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਗੱਲ ਕਰਨ ਦਾ। ਥੈਂਕ ਯੂ। ਲਓ ਜੀ, ਇਹ ਤਾਂ ਤੁਸੀਂ ਵੇਖ ਹੀ ਲਿਆ ਕਿ ਲੋਕਾਂ ਦੇ ਕੀ ਕਹਿਣੇ ਨੇ ਕਿ ਕੁਆਰਾ ਬੰਦਾ ਜ਼ਿਆਦਾ ਖੁਸ਼ ਹੈ ਕਿ ਵਿਆਹ ਬੰਦਾ ਜ਼ਿਆਦਾ ਖੁਸ਼ ਹੈ। ਬਾਕੀ ਤੁਸੀਂ ਕੀ ਸੋਚਦੇ ਹੋ ਕਮੈਂਟ ਸੈਕਸ਼ਨ ਵਿੱਚ, ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਕਿ ਕਿਹੜਾ ਬੰਦਾ ਜ਼ਿਆਦਾ ਖੁਸ਼ ਹੈ, ਅਤੇ ਬਾਕੀ ਸਾਡਾ ਚੈਨਲ ਸਬਸਕ੍ਰਾਈਬ ਕਰ ਦਿਓ ਸਾਡੀ ਅਗਲੀ ਵੀਡੀਓ ਵਾਸਤੇ, ਅਤੇ ਜੇ ਵੀਡੀਓ ਹੋਰ ਚੰਗੀ ਲੱਗੀ ਤਾਂ ਸ਼ੇਅਰ ਵੀ ਕਰ ਦਿਓ। ਹਾਂ, ਜਿੱਦਾਂ ਉਹਨਾਂ ਨੇ ਕਹਿਣਾ, ਸ਼ੇਅਰ ਵੀ ਕਰ ਦਿਓ, ਅਤੇ ਬਾਕੀ ਅਗਲੀ ਵਾਰ ਮਿਲਦੇ ਆ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ। ਟਿਲ ਦੈਨ ਪੰਜਾਬ ਪਲੱਸ ਨੂੰ ਇੱਧੇ ਦੇਖਦੇ ਰਹੋ। ਗੁੱਡ ਬਾਏ। ਗੁੱਡ ਬਾਏ ਬੋਲੋ ਭਈਆ। ਗੁੱਡ ਬਾਏ। ਇੱਕ ਵਾਰ ਹੋਰ ਬੋਲੋ ਭਈਆ। ਗੁੱਡ ਬਾਏ।